ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਾਲ 1984 ਜਿਹੜੇ ਸਿੱਖ ਜੈਨੋਸਾਈਡ ਦੇ 40 ਸਾਲ ਹੋ ਜਾਣੇ ਆ ਅਤੇ ਹਰ ਸਾਲ ਅਸੀਂ ਕੋਸ਼ਿਸ਼ ਕਰੀਦੀ ਜੂਨ ਦੇ ਵਿੱਚ ਅਤੇ ਅਕਤੂਬਰ ਦੇ ਵਿੱਚ, ਅਕਤੂਬਰ ਦੇ 31 ਤਰੀਕ ਨੂੰ ਆਪਣੇ ਘਰ ਦੇ ਮੂਹਰੇ ਰੀਬਨ ਕਾਲਾ, ਅਤੇ ਉਸ ਦਿਨ ਨੂੰ ਜਿੱਦਾਂ 6 ਜੂਨ ਨੂੰ ਜਾਂ 31 ਅਕਤੂਬਰ ਨੂੰ ਇੱਥੇ ਰੀਬਨ ਬੰਨਣਾ ਸਾਈਡ 'ਤੇ ਆਪਣੇ ਬਾਂਹ 'ਤੇ। ਫਿਰ ਮੈਨੂੰ ਲੋਕ ਪੁੱਛਦੇ ਕਿਉਂ ਬੰਨੇ ਆ, ਸਾਡੇ ਗੁਆਂਢੀ ਪੁੱਛਦੇ ਆ ਕਿਉਂ ਬੰਨੇ ਆ, ਫਿਰ ਅਸੀਂ ਦੱਸਦੇ ਵੀ ਸਾਡੇ ਉੱਪਰ ਕੀ ਹੋਇਆ। 40 ਸਾਲ ਜਿਹੜੇ ਹੋਏ ਨੇ ਹੁਣ ਸਿੱਖ ਜੈਨੋਸਾਈਡ ਦੇ, 1984 ਸਿੱਖ ਜੈਨੋਸਾਈਡ ਦੇ, ਉਹਦੇ ਇੱਧਰ ਰੀਬਨ ਬੰਨੋ, ਲੋਕਾਂ ਨੂੰ ਤੁਹਾਡੇ ਗੁਆਂਢੀਆਂ ਨੂੰ ਪਤਾ ਲੱਗੇ, ਤੁਹਾਡੇ ਜਿਹੜੇ ਡਿਲੀਵਰੀ ਕਰਦੇ ਪਤਾ ਲੱਗੇ, ਤਾਂ 31 ਤਰੀਕ ਨੂੰ ਤੁਸੀਂ ਇੱਕ ਮੋਮਬੱਤੀ ਬਾਲਣ ਕਰਨੀ ਮੂਹਰੇ ਆਪਣੇ ਘਰ ਦੇ ਰਾਤ ਨੂੰ, ਅਤੇ ਇੱਕ ਤੁਸੀਂ ਇੱਥੇ ਕਾਲਾ ਰੀਬਨ ਲਾਓ। ਤੁਹਾਨੂੰ ਲੋਕ ਪੁੱਛਣ ਕਿਉਂ ਲਾਉਂਦੇ, ਕਿਉਂਕਿ ਜਿਹੜੇ ਦੁਨੀਆ ਛੱਡ ਕੇ ਚੱਲ ਗਏ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ, ਕਿੰਨੇ ਹਜ਼ਾਰ ਸਾਲ ਮਾਰ ਦਿੱਤੇ, ਕਿੱਦਾਂ ਮਾਰੇ ਵੀ ਕਿੱਦਾਂ ਆ। ਜੇ ਅਸੀਂ ਭੁੱਲ ਗਏ ਸਾਡਾ ਇਤਿਹਾਸ ਕੋਈ ਹੋਰ ਲਿਖੂਗਾ, ਇਹ ਬਹੁਤ ਜ਼ਰੂਰੀ ਆ। ਇੱਦਾਂ ਦੇ ਅਸੀਂ ਜਿਹੜੇ ਯਾਦ ਕਰਨੇ ਆ, ਜਿਹੜੇ ਪੇ ਕਮੈਮੋਰੇਸ਼ਨ ਕਰਨੀ ਆ, ਪਹਿਲਾਂ ਅਸੀਂ ਆਪਣੇ ਵੱਲੋਂ ਲੀਡ ਕਰੀਏ, ਹੋਰ ਕਿਸੇ ਦੀ ਹੋਰ ਕਿਸੇ ਨੂੰ ਲੀਡ ਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।